रंग बरसे भीगे चुनर वाली रंग बरसे ਰੰਗਾਂ ਦਾ ਤਿਉਹਾਰ ਸਾਡੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰਦਾ ਹੈ। ਆਓ ਅਸੀਂ ਆਪਾਂ ਇਹ ਇਸ ਵਾਰ ਸਪੈਸ਼ਲ ਹੋਲੀ ਇੱਕ ਚੰਗੀ ਹੋਲੀ ਮਨਾਈਏ ਜਿਸ ਦੇ ਵਿੱਚ ਆਪਾਂ ਖੁਸ਼ੀਆਂ ਵੰਡੀਏ, ਜਿਹਦੇ ਵਿੱਚ ਆਪਾਂ ਕਿਸੇ ਨੂੰ ਤੰਗ ਨਾ ਕਰੀਏ। ਦੋਸਤੋ, ਅੱਜ ਆਪਾਂ ਹੋਲੀ ਦੇ ਤਿਉਹਾਰ ਵਿੱਚ ਸ਼ਾਮਿਲ ਹੋਈਏ ਆਪਾਂ ਖੁਸ਼ੀਆਂ ਮਾਣਨ ਲਈ। ਰੰਗ ਬਿਰੰਗੀ ਹੋਲੀ ਇੱਕ ਜੀਵਨ ਦੇ ਵਿੱਚ ਨਵੀਂ ਉਮੰਗ ਭਰ ਦਿੰਦੀ ਹੈ। ਜਿੱਥੇ ਹੋਲੀ ਦਾ ਤਿਉਹਾਰ ਦੀ ਸ਼ੁਰੂਆਤ ਹੋਈ ਸੀ ਸਾਡੇ ਕੁਦਰਤੀ ਫੁੱਲਾਂ ਦੇ ਰੰਗਾਂ ਦੇ ਨਾਲ, ਕਿਉਂਕਿ ਬੜੀ ਮਨਭਾਗੀ ਗੱਲ ਹੈਗੀ ਹੈ। ਹੁਣ ਜਿਹੜੇ ਕੈਮੀਕਲ ਯੂਜ ਕੀਤੇ ਜਾਂਦੇ ਨੇ ਹੋਲੀ ਰੰਗਾਂ ਦੇ ਵਿੱਚ, ਜਿੱਥੇ ਸਾਡਾ ਇਨਸਾਨ ਖੁਸ਼ ਹੁੰਦਾ ਸੀ, ਮਨ ਖੁਸ਼ ਹੁੰਦਾ ਸੀਗਾ ਵੀ ਹੋਲੀ ਖੇਡ ਕੇ ਇੱਕ ਨਵੀਂ ਉਮੰਗ ਹੈ ਜ਼ਿੰਦਗੀ ਦੇ ਵਿੱਚ, ਉੱਥੇ ਬੜੀ ਮਨਭਾਗੀ ਗੱਲ ਹੈ ਵੀ ਸਾਡੇ ਕੈਮੀਕਲ ਯੂਜ ਹੋਣ ਕਰਕੇ ਜਿਹੜੇ ਅੱਖਾਂ ਦੇ ਨੁਕਸਾਨ ਹੁੰਦੇ ਨੇ, ਅੱਖਾਂ ਨਿਗਾਹ ਖਤਮ ਹੋ ਜਾਂਦੀ ਹੈ, ਸਿੱਧੀ ਵੀ ਨੁਕਸਾਨ ਹੁੰਦੇ ਨੇ। ਆਓ ਉਸ ਤੋਂ ਬਚੀਏ, ਆਪਾਂ ਇੱਕ ਤੰਦਰੁਸਤ ਹੋਲੀ ਖੇਡੀਏ ਅਤੇ ਸਮਾਜ ਵਿੱਚ ਵੀ ਲੋਕਾਂ ਸੰਦੇਸ਼ ਦੇਈਏ। ਰੰਗ ਪੈਂਦਾ ਹੈਗਾ ਆ ਤਾਂ ਆਮ ਦਿਖਦਾ ਨਹੀਂ, ਉਦੋਂ ਕੀ ਕਰਨਾ। ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਜੇ ਪਹਿਲਾਂ ਤਾਂ ਬਚਾਅ ਕਰੀਏ, ਰੰਗ ਨਾ ਪਵੇ। ਉਹਦੇ ਵਿੱਚ ਤੁਸੀਂ ਹੋਲੀ ਖੇਡਦੇ ਹੋਏ ਤੁਸੀਂ ਪ੍ਰੋਟੈਕਟਿਵ ਗਲਾਸਿਸ ਲਗਾਓ ਅਤੇ ਡਾਇਰੈਕਟਲੀ ਜਿਹੜੇ ਪਾਣੀ ਦੇ ਗੁਬਾਰੇ ਜਾਂ ਰੰਗ ਅੱਖਾਂ ਵਿੱਚ ਨਾ ਪਾਓ। ਅੱਖਾਂ ਦੇ ਸਾਈਡ 'ਤੇ ਆਪਾਂ ਨੂੰ ਪਹਿਲਾਂ ਹੀ ਕੁਛ ਕਰੀਮ ਲਗਾ ਲੈਣੀ ਚਾਹੀਦੀ ਹੈਗੀ ਆ। ਹਾਂ, ਜੇਕਰ ਰੰਗ ਪੈ ਵੀ ਜਾਂਦਾ ਹੈਗਾ ਆ ਤਾਂ ਆਪਾਂ ਠੰਡੇ ਪਾਣੀ ਦੇ ਨਾਲ 10 ਮਿੰਟ ਤੱਕ ਹਲਕੇ ਦੇ ਫਿੱਟੇ ਮਾਰੀਏ ਅਤੇ ਨਾਲ ਹੀ ਆਪਣੇ ਨੇੜੇ ਕੋਈ ਵੀ ਜਿਹੜਾ ਪ੍ਰੋਬਲਮ ਡਾਕਟਰ ਲੜਿਆ ਹੈਗਾ ਹੈ ਉਹਨੂੰ ਤੁਸੀਂ ਦਿਖਾ ਕੇ ਆਪਣੇ ਟ੍ਰੀਟਮੈਂਟ ਕਰਵਾਓ। ਖੁਦ ਆਪਣੇ ਆਪ ਨੂੰ ਅੱਖਾਂ 'ਚ ਕੱਢਣ ਦੀ ਕੋਸ਼ਿਸ਼ ਨਾ ਕਰੋ। ਅੱਖਾਂ ਦੇ ਵਿੱਚ ਜਦੋਂ ਰੰਗ ਪੈਂਦਾ ਹੈ ਤਾਂ ਐਲਰਜੀ ਹੁੰਦੀ ਹੈਗੀ ਹੈ, ਵਿੱਚ ਪਾਣੀ ਆਉਣਾ, ਰੜਕ ਪੈਂਦੀ ਹੈ, ਨਿਗਾਹ ਘੱਟ ਜਾਂਦੀ ਹੈਗੀ ਹੈ। ਜੋ ਇਹ ਨੋਬ 'ਤੇ ਲੱਗਦੀ ਹੈ ਆਪਣੇ ਅੱਖਾਂ ਦੇ ਡਾਕਟਰ ਨੂੰ ਲਗਾਓ ਕਿ ਹੋਲੀ ਆ ਤੁਹਾਡੇ ਅੱਖ 'ਚ ਪਿਆ ਹੈਗਾ ਆ ਤਾਂ ਉਹਦੀ ਟ੍ਰੀਟਮੈਂਟ ਕਰਨੀ ਪੈਂਦੀ ਹੈ। ਕਲਰ ਜਿਹੜੇ ਹੈਗੇ ਨੇ ਕੈਮੀਕਲਸ ਹੈ ਇਹਨਾਂ ਦੇ ਵਿੱਚ, ਅਤੇ ਨਾਲ ਖਾਸ ਕਰਕੇ ਸਪਰੇ ਵੀ ਯੂਜ ਕਰਦੇ ਹੈਗੇ। ਸੋ ਡਾਇਰੈਕਟਲੀ ਜਦੋਂ ਆਪਣੇ ਉੱਤੇ ਅਸਰ ਪੈਂਦਾ ਤਾਂ ਇੱਕਦਮ ਟੈਂਪਰੇਰੀ ਬਲਾਈਨੈਸ ਹੋ ਜਾਂਦੀ ਹੈਗੀ। ਸੋ ਆਪਾਂ ਇਸ ਚੀਜ਼ ਦਾ ਬਚਾਅ ਕਰੀਏ, ਡਾਇਰੈਕਟਲੀ ਅੱਖ ਦੇ ਵਿੱਚ ਹਿੱਟ ਨਹੀਂ ਹੋਣਾ ਚਾਹੀਦਾ। ਜਿਹੜੇ ਅੱਖਾਂ 'ਚ ਐਲਰਜੀ ਹੁੰਦੀ ਹੈਗੀ ਆ, ਸਾਡੇ ਇੰਨੇ ਸਟਰੋਂਗ ਕੈਮੀਕਲਸ ਹੈਗੇ ਨੇ, ਜਦੋਂ ਖਾਸ ਕਰਕੇ ਅੱਖਾਂ ਦੇ ਵਿੱਚ ਰੰਗ ਪੈਂਦਾ ਹੈਗਾ ਆ ਤਾਂ ਅੱਖਾਂ 'ਚ ਐਲਰਜੀ ਹੁੰਦੀ ਹੈਗੀ ਆ। ਖਾਸ ਕਰਕੇ ਉਹ ਪੇਸ਼ੈਂਟਸ ਜਿਹੜੇ ਅੱਗੇ ਆਲਰੇਡੀ ਹੀ ਐਲਰਜੀ ਤੋਂ ਪ੍ਰੋਨ ਹੋਣ, ਉਹਨਾਂ ਨੂੰ ਇਸ ਚੀਜ਼ ਦਾ ਗੁਰੇਜ਼ ਕਰਨ 'ਚ ਕਿਹੜੇ ਕਿਹੜੇ ਕਾਰਨ ਹੁੰਦੇ ਨੇ ਜਿਹੜੇ ਹੋਲੀ ਦੇ ਦੌਰਾਨ ਸਾਡੀ ਅੱਖਾਂ ਦੇ ਨੁਕਸਾਨ ਹੁੰਦੇ ਨੇ। ਸਭ ਤੋਂ ਪਹਿਲਾਂ ਜਿਹੜੇ ਰੰਗ ਹੈਗੇ ਨੇ ਇਹਨਾਂ 'ਚ ਬਹੁਤ ਜ਼ਿਆਦਾ ਹੈਵੀ ਮੈਟਲ ਹੁੰਦਾ ਆ ਜਿਹੜਾ ਤੁਹਾਡੇ ਅੱਖਾਂ ਦੇ ਵਿੱਚ ਅੱਗੇ ਸੋਜਿਸ਼ ਪੈਦਾ ਕਰ ਦਿੰਦਾ। ਹਰਾ ਰੰਗ ਜਿਹੜਾ ਇੱਕ ਸਿੰਥੈਟਿਕ ਰੰਗ ਹੈ ਉਹ ਵੀ ਟੈਂਪਰੇਰੀ ਬਲਾਈਨੈਸ ਕਰਦਾ। ਹੋਲੀ ਦੇ ਦੌਰਾਨ ਅੱਖਾਂ ਵਿੱਚ ਮਾਰੇ ਗਏ ਪਾਣੀ ਦੇ ਭਰੇ ਹੋਏ ਗੁਬਾਰੇ, ਉਹ ਵੀ ਜਿਹੜੀ ਹੈਗੀ ਆ ਬਲੰਟ ਇੰਜਰੀ ਹੁੰਦੀ ਹੈਗੀ ਆ। ਜਿਹੜੇ ਬਲੰਟ ਇੰਜਰੀ ਹੈਗੀ ਆ, ਟਰੋਮਾ ਹੈਗਾ ਆ, ਉਹ ਲੰਬੇ ਟਾਈਮ ਦੇ ਜੇ ਅੱਖਾਂ ਦਾ ਨੁਕਸਾਨ ਹੁੰਦਾ ਹੈ ਤਾਂ ਕਾਲਾ ਮੋਤੀਆ ਵੀ ਹੋ ਸਕਦਾ ਹੈ ਅਤੇ ਪਰਮਾਨੈਂਟ ਡੈਮੇਜ ਵੀ ਹੋ ਸਕਦੀ ਹੈ। ਲਾਲ ਰੰਗ 'ਚ ਖਾਸ ਕਰਕੇ ਕੁਛ ਮਾਈਕਾ ਦੇ ਪਾਰਟੀਕਲਸ ਹੁੰਦੇ ਨੇ, ਜਿਹੜੇ ਜਦੋਂ ਆਪਾਂ ਲਾਲ ਰੰਗ ਪੈਂਦਾ ਤਾਂ ਉਹ ਪਾਰਟੀਕਲ ਜਿਹੜੇ ਹੈਗੇ ਨੇ ਅੱਖ ਦੀ ਪਹਿਲੀ ਲੇਅਰ ਕੋਰਨੀਆ 'ਤੇ ਚਿਪ ਜਾਂਦੇ ਨੇ, ਚੁੱਪ ਜਾਂਦੇ ਨੇ, ਇਨਫੈਕਸ਼ਨ ਹੋ ਸਕਦੀ ਹੈਗੀ ਹੈ। ਸੋ ਲਾਲ ਰੰਗ ਜਿਹੜਾ ਹੈ ਅੱਖਾਂ 'ਚ ਪੈਂਦਾ ਹੈ
ਤੇ ਕੋਰਨੀਅਲ ਇਨਫੈਕਸ਼ਨਸ ਹੋ ਸਕਦੀਆਂ ਨੇ। ਹੋਲੀ ਖੇਡਣ ਦੌਰਾਨ ਖਾਸ ਕਰਕੇ ਤੁਸੀਂ ਬਿਲਕੁਲ ਵੀ ਆਪਣੇ ਕੋਂਟੈਕਟ ਲੈਂਸ ਬਿਲਕੁਲ ਨਾ ਲਗਾਓ। ਆਓ ਅਸੀਂ ਹੋਲੀ ਖੇਡਦੇ ਹੋਏ ਆਪਣੀ ਅੱਖਾਂ ਦਾ ਐਕਸਟਰਾ ਧਿਆਨ ਕਿਵੇਂ ਰੱਖੀਏ। ਸਭ ਤੋਂ ਪਹਿਲਾਂ ਆਪਾਂ ਇਹ ਦੱਸਾਂਗੇ ਵੀ ਅੱਖਾਂ ਦੇ ਵਿੱਚ ਹੋਲੀ ਖੇਡਦੇ ਪ੍ਰੋਟੈਕਟਿਵ ਗਲਾਸਿਸ ਹੈਗੇ ਨੇ, ਜਿਹੜੇ ਹੈ ਜਿਹੜਾ ਚਸ਼ਮਾ ਜਿਹੜਾ ਹੈਗਾ ਸਪੋਰਟਸ ਵਾਲੇ ਚਸ਼ਮੇ ਲਗਾ ਸਕਦੇ ਹਾਂ। ਖੁੱਲ੍ਹੇ ਵਾਲਾਂ ਦੇ ਵਿੱਚ ਜੋ ਖੁੱਲ੍ਹੇ ਰੰਗ ਲੱਗ ਜਾਂਦੇ ਨੇ ਉਹ ਵਾਲਾਂ ਦੀ ਲੱਡਾਂ ਜਿਹੜੀਆਂ ਜਦੋਂ ਅੱਖਾਂ ਦੇ ਵਿੱਚ ਪੈਂਦੀਆਂ ਨੇ ਤਾਂ ਨੁਕਸਾਨ ਹੁੰਦਾ ਹੈ। ਸੋ ਤੁਹਾਨੂੰ ਵਾਲ ਵੀ ਆਪਣੇ ਸਾਰੇ ਟਾਈਟ ਕਰ ਲੈਣੇ ਚਾਹੀਦੇ। ਆਓ ਅਸੀਂ ਆਪਾਂ ਇਸ ਵਾਰ ਦੀ ਹੋਲੀ ਸਪੈਸ਼ਲ ਹੋਲੀ ਪੁਨਰਜੋਤ ਹੋਲੀ ਮਨਾਈਏ, ਜਿਸ ਦੇ ਵਿੱਚ ਆਪਾਂ ਸਮੁੱਚੇ ਸੰਸਾਰ ਦੇ ਵਿੱਚ ਖੁਸ਼ੀਆਂ ਵੰਡੀਏ, ਰੰਗ ਵੰਡੀਏ, ਜਿੱਥੇ ਆਪਾਂ ਆਪਣੀਆਂ ਅੱਖਾਂ ਦਾ ਆਪਣੇ ਸਰੀਰ ਦਾ ਹੋਲੀ ਦੇ ਰੰਗਾਂ ਤੋਂ ਦੂਰ ਭਾਰ ਬਚਣਾ ਹੈ, ਉੱਥੇ ਆਪਾਂ ਇੱਕ ਸੰਦੇਸ਼ ਦੇਈਏ ਵੀ ਮਨੁੱਖੀ ਸੇਵਾ 'ਚ ਵੀ ਸ਼ਾਮਿਲ ਹੋਈਏ। ਉਹ ਕਿਹੜੀ ਸੇਵਾ ਹੈ? ਸਾਡੇ ਦੇਸ਼ ਦੇ ਵਿੱਚ 30 ਲੱਖ ਤੋਂ ਵੱਧ ਇਨਸਾਨ ਨੇ ਜਿਹਨੂੰ ਅੱਖਾਂ ਦਾਨ ਦੀ ਲੋੜ ਹੈ। ਆਪਾਂ ਇਹ ਸੁਨੇਹਾ ਇਸ ਹੋਲੀ 'ਤੇ ਸਪੈਸ਼ਲ ਦੇਈਏ, ਅੱਖਾਂ ਦਾਨ ਦੇ ਫਾਰਮ ਭਰੀਏ, ਲੋਕਾਂ ਨੂੰ ਸੰਦੇਸ਼ ਦੇਈਏ ਵੀ ਮੌਤ ਤੋਂ ਬਾਅਦ ਅੱਖਾਂ ਦਾਨ ਕਰਕੇ ਕਿਸੇ ਦੀ ਹਨੇਰੀ ਜ਼ਿੰਦਗੀ ਦੇ ਵਿੱਚ ਹੋਲੀ ਵਰਗੇ ਰੰਗ ਭਰ ਦੇਈਏ। ਆਓ ਇਸ ਵਾਰ ਦੀ ਹੋਲੀ ਇੱਕ ਨਵੇਕਲੀ ਹੋਲੀ ਮਨਾਈਏ, ਜਿਸਦਾ ਨਾਂ ਆਪਾਂ ਦਿੱਤਾ ਹੈ ਪੁਨਰਜੋਤ ਹੋਲੀ। ਹੋਲੀ ਖੇਡਦੇ ਹੋਏ ਅੱਖਾਂ ਦੀ ਸੰਭਾਲ ਰੱਖੀਏ, ਦੂਜਿਆਂ ਦਾ ਖਿਆਲ ਰੱਖੀਏ ਅਤੇ ਨਾਲ ਇਹ ਸੰਦੇਸ਼ ਵੀ ਦੇਈਏ ਵੀ ਮੌਤ ਤੋਂ ਬਾਅਦ ਅੱਖਾਂ ਦਾਨ ਕਰਕੇ ਸਾਡੇ ਦੇਸ਼ ਦੇ 30 ਲੱਖ ਇਨਸਾਨ ਜਿਨ੍ਹਾਂ ਦੀ ਜ਼ਿੰਦਗੀ 'ਚ ਹਨੇਰਾ ਆ ਉਹਨਾਂ ਨੂੰ ਦਾਨ ਦੇ ਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਖੁਸ਼ੀਆਂ ਭਰੀਏ, ਰੰਗ ਭਰੀਏ, ਹੋਲੀ ਰੰਗ ਉਹ ਦੇਖ ਸਕਣ। ਹੋਲੀ ਸੇਫ ਹੋਲੀ, ਪੁਨਰਜੋਤ ਹੋਲੀ, ਹੋਲੀ ਹੈਪੀ ਹੋਲੀ।